ਜਦੋਂ ਮੈਂ ਬੰਬੇ ਪਹਿਲਾਂ ਪਹੁੰਚੀ ਸੋ ਮੈਨੂੰ ਹਮੇਸ਼ਾ ਹੀ ਦੱਸਿਆ ਗਿਆ ਕਿ ਯੂ ਆਰ ਨਾਟ ਗਲੈਮਰਸ ਇਨਫ ਤੂੰ ਬਹੁਤ ਪੰਜਾਬੀ ਘਰੇਲੂ ਟਾਈਪ ਆ ਤੇ ਮਤਲਬ ਜਦੋਂ ਤੁਸੀਂ ਆਈ ਮੀਨ ਮੇਰੇ ਨਾਲ ਤਾਂ ਹੋਇਆ ਨਾ ਆਈ ਥਿੰਕ ਯੰਗ ਗਰਲ ਜਦੋਂ ਆਉਂਦੀਆਂ ਇੰਨੀਆਂ ਇੰਪਰੈਸ਼ਨੇਬਲ ਨੇ ਐਂਡ ਸੈਲਫ ਡਾਊਟ ਬਹੁਤ ਹੁੰਦਾ ਹੈ ਕਿਉਂਕਿ ਆਪਣੇ ਆਲੇ ਦੁਆਲੇ ਉਹੀ ਕੁੜੀਆਂ ਉਹੀ ਸਭ ਕੁਝ ਕਰ ਰਹੀਆਂ ਸੋ ਤੁਹਾਨੂੰ ਲੱਗਦਾ ਕਿ ਮੈਂ ਜਿਵੇਂ ਮੈਂ ਪਹੁੰਚੀ ਸੀ ਲੇਕ ਟੰਡਨ ਜੀ ਦੇ ਆਫਿਸ ਸੋ ਮੈਨੂੰ ਵੀ ਲੱਗਿਆ ਕਿ ਆਈ ਹੈਵ ਟੂ ਚੇਂਜ ਮਾਈ ਸੈਲਫ ਆਈ ਹੈਵ ਟੂ ਬਿਕਮ ਦਿਸ ਇੱਕ ਬਹੁਤ ਹੀ ਬੁਰਾ ਐਕਸਪੀਰੀਅੰਸ ਸੀਗਾ ਜੋ ਕਿ ਮੈਨੂੰ ਆਏ ਲੱਗਿਆ ਕਿ ਓ ਮਾਈ ਗੋਡ ਮੈਂ ਮਸਾ ਹੀ ਬੱਚੀ ਉਸ ਐਕਸਪੀਰੀਅੰਸ ਤੋਂ ਐਂਡ ਉਸ ਐਕਸਪੀਰੀਅੰਸ ਤੋਂ ਬਾਅਦ ਮੈਂ ਸੋਚ ਰਿਹਾ ਸੀ ਕਿ ਮੈਂ ਬੰਬੇ ਜਾਣਾ ਹੀ ਨਹੀਂ ਸੀ ਉਹ ਮੈਨੂੰ ਗਲਤ ਬੰਦੇ ਹੀ ਮਿਲੇ ਉੱਥੇ ਆਮ ਬੀਇੰਗ ਵੈਰੀ ਓਨੈਸਟ ਹੁਣ ਤਾਂ ਦੇਰਜ਼ ਆਮ ਵਰਕਿੰਗ ਆਲਸੋ ਅਗੈਨ ਬਟ ਦੇਰ ਐਂਡ ਇਸ ਆਈ ਗੈਸ ਉਹ ਟਾਈਮ 'ਤੇ ਡਿਪੈਂਡ ਹੁੰਦਾ ਜਦੋਂ ਟਾਈਮ ਉਹ ਹੁੰਦਾ ਤਾਂ ਸਾਰੇ ਨੈਗੇਟਿਵ ਹੀ ਮਿਲਦੇ ਆ ਸੋ ਮੈਨੂੰ ਯਾ ਆਈ ਫੈਲਟ ਲਾਈਕ ਦਿਸ ਸਮਾਲ And I thought ਕਿ ਮੈਂ ਆਪਣੇ ਆਪ ਨੂੰ ਕਦੇ ਵੀ ਇਹੋ ਜਿਹੀ ਸਿਚੁਏਸ਼ਨ 'ਚ ਕਦੀ ਨਹੀਂ ਪਾਊਂਗੀ ਅਗੈਨ